जी सत श्री अकाल जी सारा नूं, मैं रमन ते तुसी देख रहे हो यूट्यूब चैनल रमन के ब्लॉग्स। सब तो पहला तां जी जिहड़े नवे सबसक्राइबर जुड़दे पए ने तुहाडा सारा दा जी आयां नूं वैलकम कर। यूट्यूब चैनल ते इंस्टाग्राम ते जिहड़े नवे फॉलोवर्स आए ने, फेसबुक ते आए ने, तुहाडा सारा दा जी आयां नूं वैलकम है जी, क्योंकि इत्थों भी वीडियोज़ देख के काफ़ी उधर फॉलो करते पए ने। जिहड़ा कल आपां ब्लॉग अपडेट कीता सीगा जी, ब्लॉग्स दे विच काफ़ी ज़्यादा नवे व्यूअर्स आए ने, सबसक्राइबरस आते पए ने। खुशी होंदी है देख के वधिया वधिया आपां कंटेंट तुहाडे लई बनांदे पए आ। एट ए टाइम में कई बार तैयार करना पैंदा कंटेंट, बट ऐसा कुछ नहीं है क्योंकि काफ़ी ज़्यादा कंटेंट साडे कोल व्लॉग्स शूट होए पए ने ते एडिट किए पए ने या कहीं एडिट करन नूं पए ने। अज एक्चुअली सवेरे प्रिपरेशन चलती पई सी थोड़ी, पहला वो सारा काम फिनिश किया, उस तो बाद अज असी जाना सीगा जी हिमाचल। हिमाचल जाते पे सी मैं, ममा ते वाइफ अमन। ਅਸੀਂ ਪੈਕਿੰਗ ਕਰਦੇ ਕਰਦੇ ਮਤਲਬ ਸਾਡਾ ਲਾਸਟ ਮੂਮੈਂਟ ਤੇ ਆ ਕੇ ਸਾਡਾ ਪਲਾਨ ਹੋ ਗਿਆ ਜੀ ਕੈਂਸਲ। ਤੇ ਕੈਂਸਲ ਕਿਉਂ ਹੋਇਆ ਉਹ ਕੁਛ ਰੀਜ਼ਨ ਹੋ ਗਏ ਇੱਕ ਦੋ ਉਹ ਕਾਫੀ ਮਤਲਬ ਇੱਕ ਧੱਕਾ ਜਿਹਾ ਲੱਗਿਆ ਜੀ, ਜਿਵੇਂ ਕਿਉਂਕਿ ਮੈਂ ਪੂਰੀ ਪ੍ਰਿਪਰੇਸ਼ਨ ਕਰੀ ਬੈਠਾ ਸੀ, ਤਿਆਰੀ ਕਰੀ ਬੈਠਾ ਸੀਗਾ, ਨਵੇਂ ਨਵੇਂ ਵਲੋਗਸ ਸ਼ੂਟ ਕਰਨ ਲਈ ਤਿਆਰੀ ਕੀਤੀ ਹੋਈ ਸੀ, ਬਟ ਚਲੋ ਕੋਈ ਨਹੀਂ ਜੋ ਹੁੰਦਾ ਜੀ ਰੱਬ ਨੂੰ ਮਨਜ਼ੂਰ। ਕੱਲ ਦਾ ਥੋੜਾ ਲੈਪਟਾਪ ਵੀ ਖਰਾਬ ਹੋਇਆ ਜੀ, ਉਸ 'ਚ ਉਹਦਾ ਕਰਸਰ ਨਹੀਂ ਚੱਲਦਾ ਪਿਆ ਤਾਂ ਥੋੜੀ ਦਿੱਕਤ ਆਉਂਦੀ ਪਈ। ਜਿਹੜੀ ਵੀਡੀਓਜ਼ ਨੇ ਐਡਿਟ ਹੋ ਰਹੀਆਂ ਨੇ ਉਹ ਵੀ ਫੋਨ ਤੋਂ ਹੀ ਐਡਿਟ ਕਰਨੀ ਪੈ ਰਹੇ ਨੇ। ਕੱਲ ਦਾ ਵਲੌਗ ਵੀ ਯੂਟਿਊਬ ਦਾ ਜਿਹੜਾ ਅਪਲੋਡ ਕੀਤਾ ਉਹ ਵੀ ਫੋਨ ਤੋਂ ਹੀ ਅਪਲੋਡ ਕੀਤਾ। ਆਪਾਂ ਨੀਚੇ ਚੱਲਦੇ ਹਾਂ, ਦੇਖਦੇ ਹਾਂ ਮੰਮਾ ਕੀ ਕਰਦੇ ਪਏ ਨੇ, ਅਮਨ ਕੀ ਕਰ ਰਹੇ ਨੇ, ਉਹ ਲੈ ਕੇ ਚੱਲਦੇ ਹਾਂ। ਸੋ ਆਹ ਦੇਖੋ ਜੀ ਸਾਡੇ ਘਰੇ ਆ ਜਾਏ ਨੇ ਸ਼ਿਵਜੀ ਜੀ। ਖੜੇ ਹੋ ਕੇ ਦਿਖਾਓ, ਖੜੇ ਹੋ ਖੜੇ। ਥੱਲੇ ਆਇਆ ਜੀ ਹੁਣੇ, ਤੁਸੀਂ ਦੇਖਿਆ ਕਿ ਮਿੱਠੂ ਨੂੰ ਸ਼ਿਵਜੀ ਬਣਾਇਆ ਹੋਇਆ ਤੇ ਅਮਨ ਬਣਾਉਂਦੀ ਪਈ ਹੈ ਲੰਚ, ਮਾਮਾ ਬੈਠੇ ਨੇ ਪਾਰਲਰ ਚ ਤੇ ਆਪਾਂ ਲੰਚ ਕਰ ਲਈਏ ਜੀ। ਹੁਣ ਤੁਹਾਨੂੰ ਇੱਕ ਬੜੀ ਵਧੀਆ ਗੱਲ ਦੱਸਦਾ ਜੀ, ਅਸੀਂ ਹੁਣ ਚੱਲੇ ਹਾਂ ਜੀ ਘੁੰਮਣ ਦੁਆਰਾ, ਸਾਡਾ ਪਲਾਨ ਕੈਂਸਲ ਹੋ ਗਿਆ ਸੀ ਬਟ ਹੁਣ ਸਾਡਾ ਪਲਾਨ ਬਣ ਗਿਆ ਤੇ ਮੈਂ ਲੈ ਪੀ ਰਿਹਾ ਜੀ ਚਾਹ, ਅਮਨ ਪੈਕ ਕਰਦੀ ਪਈ ਹੈ ਪੈਕਿੰਗ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਕਿੱਥੇ ਚੱਲੇ ਹਾਂ। ਵਾ ਵਾ, ਸਮਾਨ ਪੈਕ ਹੁੰਦਾ ਪਿਆ, ਵੀਡੀਓ ਕਿੱਟ ਆਪਣੀ ਰੇਡੀ ਹੈ, ਸਭ ਕੁਝ ਇਹਦੇ ਵਿੱਚ ਓਵਰਲੋਡ ਕੀਤਾ ਹੈ ਸਮਾਨ ਸਾਰਾ। ਬੈਗ ਤੁਹਾਡਾ ਤਿਆਰ ਹੈ, ਅਮਨ ਤਿਆਰ ਹੁੰਦੀ ਪਈ ਹੈ। ਸੋ ਜੀ ਆਪਾਂ ਘਰੋਂ ਨਿਕਲ ਗਏ ਜੀ ਹੁਣੇ 10 ਮਿੰਟ ਪਹਿਲਾਂ, ਬੈਗ ਆਪਾਂ ਦੇ ਪੈਕ ਹੋ ਗਏ ਸੀਗੇ ਤੇ ਨਿਕਲਦੇ ਨਿਕਲਦੇ ਥੋੜੇ ਲੇਟ ਹੋ ਗਏ ਸੀ, ਨਿਕਲ ਗਿਆ ਘਰੋਂ ਦੀ ਤੇ ਜਾ ਰਹੇ ਹਾਂ, ਕਿੱਥੇ ਜਾ ਰਹੇ ਹਾਂ ਉਹ ਤੁਹਾਨੂੰ। ਯਮੁਨਾਨਗਰ ਆਪਾਂ ਡਿਸਟ੍ਰਿਕਟ ਕਰ ਲਿਆ ਜੀ ਕ੍ਰੋਸ, ਦੂਜੇ ਡਿਸਟ੍ਰਿਕਟ 'ਚ ਆਪਾਂ ਐਂਟਰੀ ਕਰ ਗਏ ਹਾਂ ਤੇ ਇਹ ਵਾਲਾ ਏਰੀਆ ਆਪਾਂ ਕ੍ਰੋਸ ਕਰਕੇ ਸਿੱਧਾ ਹਿਮਾਚਲ ਦੇ ਵਿੱਚ ਸਾਡੀ ਹੋਏਗੀ ਲੈਂਡਿੰਗ ਐਂਟਰੀ ਤੇ ਆਪਾਂ ਦਿਖਾਉਂਦੇ ਹਾਂ ਜੀ ਤੁਹਾਨੂੰ ਕਿੱਥੇ ਜਾ ਰਿਹਾ ਵਾ, ਤੁਸੀਂ ਸਾਡੇ ਨਾਲ ਵਰਚੁਅਲੀ ਅਟੈਚ ਰਹੇ ਹੋ ਜੀ, ਮਜ਼ਾ ਬਹੁਤ ਆਉਣ ਵਾਲਾ, ਬਹੁਤ ਵਧੀਆ ਵਧੀਆ ਜਗ੍ਹਾ ਨੇ ਜਿੱਥੇ ਆਪਾਂ ਜਾ ਰਹੇ ਹਾਂ, ਆਓ ਦੇਖਦੇ ਹਾਂ। ਲੈ ਕੇ ਆਏ ਨੇ ਸਾਡੇ ਇੱਥੇ ਸਮੋਸੇ ਤੇ ਨਾਲ ਕੀ ਆਇਆ ਹੋਰ, ਸਮੋਸੇ ਤੇ ਫੇਨੀਆਂ ਆਈ ਨੇ ਤੇ ਮੰਮੀ ਕਹਿੰਦੇ ਸਮੋਸਾ ਖਾਣਾ ਨੀ, ਅਮਨ ਨੇ ਖਾਣਾ ਵੀ ਸਟਾਰਟ ਕਰਤਾ ਜੀ, ਦੇਖੋ ਮੈਂ ਨਹੀਂ ਖਾਇਆ ਤੇ ਮੇਰੇ ਹੱਥ ਚ ਕੋਲੇ ਕੁਛ ਨਹੀਂ ਹੈ, ਮੈਂ ਕੱਲਾ ਸਟੀਅਰਿੰਗ ਫੜਾਇਆ ਜੀ। ਲੋ ਜੀ ਹਿਮਾਚਲ ਚ ਹੋ ਗਈ ਸਾਡੀ ENTRY ਐਂਟਰੀ, ਟੋਲ ਟੈਕਸ ਸ਼ਗਨ ਦੇ ਰਹੇ ਇਹਨਾਂ ਨੂੰ।
सजेस्ट कर रहा जी जिन्होंने भी फोर व्हीलर आते चलाने टू व्हीलर आते एक्टिवा आती होनी चलानी तो एक बार लाइफ के पहाड़ा च जरूर चलायो जी जरूर लेके आयो एक बार हिल्स क्योंकि जेड़ा आप प्लेन रोड से चलाते हैं उत्थे मजा नहीं आता जो जिगजैग रस्ता होंगे उत्थे बहुत ज्यादा नजारा आता जी हूँ जिम्मे आप सामने हूँ देखो तुम कि आप लैफ्ट हैंड लवेंगे वन टू सो आप पहुंच गया जी तुसी देख रहे हो मेरे को ट्राईपोड की लाइट रह गई घरे ते आप मोबाइल की टोर्च बाल के ब्लॉग शूट कर रहे हैं सो आप कितने आए हैं जी ये तुहानू आप अगले ब्लॉग च दसांगे ये वाला ब्लॉग इतने ही आप कर रहे हैं फिनिश तुसी यूट्यूब चैनल नूं सबसक्राइब कर लियो बैल आइकन क्लिक कर दियो नवे नवे ब्लॉग्स तुहाडे लई लैके आ रहे हैं सो हुण सारा नूं सत श्री अकाल रब रखा बाय।